ਸਤ ਸ੍ਰੀ ਅਕਾਲ ਜੀ ਹੀਰ ਫੈਮਿਲੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਬਣਾ ਕੇ ਦਿਖਾਵਾਂਗੇ ਤੁਹਾਨੂੰ ਭਰਮੇ ਕਰੇਲੇ। ਸਭ ਤੋਂ ਪਹਿਲਾਂ ਆਪਾਂ ਲਏ ਆ ਜੀ ਕਰੇਲੇ। ਕਰੇਲੇ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਆ ਤੇ ਹੁਣ ਆਪਾਂ ਇਸ ਨੂੰ ਵਿੱਚੋਂ ਚੀਰਾ ਦੇ ਕੇ ਜਿਹੜੇ ਇਹਦੇ ਬੀਜ ਆ ਵਿੱਚੋਂ ਇਹ ਆਪਾਂ ਕੱਢਾਂਗੇ। ਜਿਹੜੀ ਇਹਦੀ ਉੱਪਰਲੀ ਛਿੱਲ ਆ ਇਹ ਆਪਾਂ ਬਿਲਕੁਲ ਨਹੀਂ ਲਾਉਣੀ ਹੈਗੀ, ਬਿਨਾਂ ਛਿੱਲੇ ਤੋਂ ਹੀ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ। ਦੇਖੋ ਪਿਛਲੇ ਕਿੰਨੇ ਨਰਮ ਆ ਇਹਦੇ ਬੀ, ਇੱਦਾਂ ਆਪਾਂ ਕੱਢ ਕੱਢ ਕੇ ਇੱਕ ਸਾਈਡ 'ਤੇ ਰੱਖੀ ਜਾਣੇ ਆ। ਤੁਸੀਂ ਸੋਚਦੇ ਹੋਣੇ ਆ ਕਿ ਜੇ ਛਿੱਲ ਲਾਉਣ ਤੋਂ ਬਿਨਾਂ ਹੀ ਬਣਾਉਣ ਲੱਗੇ ਆ ਤਾਂ ਛਿੱਲ ਜਿਹੜੀ ਆ ਇਹ ਕਾਫੀ ਕੌੜੀ ਹੋਣੀ ਆ, ਕੌੜੀ ਨਹੀਂ ਬਣਦੀ ਹੈਗੀ ਬਿਲਕੁਲ ਵੀ, ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ। ਇਸੇ ਤਰ੍ਹਾਂ ਆਪਾਂ ਸਾਰਿਆਂ ਨੂੰ ਕਰ ਲੈਣਾ ਆ। ਬੀਜ ਆਪਾਂ ਕਰੇਲਿਆਂ ਦੇ ਵਿਚਲੇ ਜਿਹੜੇ ਆ ਕੱਢ ਲਏ ਆ, ਬਹੁਤ ਨਰਮ ਆ ਇਹ ਆਪਣੇ, ਇਹ ਸਾਰੇ ਬੀਜਾਂ ਨੂੰ ਹੁਣ ਆਪਾਂ ਪੀਸਾਂਗੇ, ਥੋੜ੍ਹੇ ਥੋੜ੍ਹੇ ਕਰਕੇ ਇਹਨੂੰ ਪੀ ਲੈਣੇ ਆ। ਬਹੁਤ ਜ਼ਿਆਦਾ ਨਰਮ ਆ ਸਾਡੇ ਕਰੇਲੇ ਜਿਹੜੇ ਸੀਗੇ, ਬਹੁਤ ਵਧੀਆ ਨਰਮ ਸੀਗੇ ਅਤੇ ਕੋਈ ਵੀ ਬੀਜ ਇਹਦੇ ਵਿੱਚੋਂ ਪੱਕਿਆ ਨਹੀਂ ਨਿਕਲਿਆ। ਸਾਰੇ ਨੂੰ ਆਪਾਂ ਇਸੇ ਤਰ੍ਹਾਂ ਗ੍ਰੈਂਡ ਕਰ ਲੈਣਾ ਹੈ। ਹੁਣ ਆਪਾਂ ਕਰੇਲਿਆਂ ਲਈ ਮਸਾਲਾ ਬਣਾਵਾਂਗੇ। ਗੈਸ ਦੇ ਉੱਤੇ ਆਪਾਂ ਫਰਾਈ ਪੈਨ ਰੱਖ ਦਿੱਤਾ ਆ, ਫਰਾਈ ਪੈਨ ਸਾਡਾ ਗਰਮ ਹੋ ਚੁੱਕਾ ਆ। ਥੋੜ੍ਹਾ ਜਿਹਾ ਆਪਾਂ ਪਾਵਾਂਗੇ ਇਸ ਦੇ ਵਿੱਚ ਰਿਫਾਈਂਡ, ਸਾਡਾ ਗਰਮ ਹੋ ਚੁੱਕਾ ਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ, ਜੀਰੇ ਨੂੰ ਆਪਾਂ ਹਲਕਾ ਹਲਕਾ ਭੁੰਨਾਂਗੇ। ਦੋ ਵੱਡੇ ਵੱਡੇ ਆਪਾਂ ਲਏ ਆ ਪਿਆਜ਼, ਇਹਨੂੰ ਆਪਾਂ ਚੰਗੀ ਤਰ੍ਹਾਂ ਗ੍ਰੈਂਡ ਕਰ ਲਿਆ ਆ। ਸਾਡੇ ਪਿਆਜ਼ ਹੁਣ ਬਰਾਊਨ ਹੋ ਚੁੱਕੇ ਆ। ਹੁਣ ਆਪਾਂ ਅਦਰਕ ਥੋੜ੍ਹਾ ਜਿਹਾ, ਦੋ ਲੈਂਦੇ ਆਪਾਂ ਹਰੀਆਂ ਮਿਰਚਾਂ। ਹੁਣ ਕਰਾਂਗੇ ਜੀ ਆਪਾਂ ਇਸਨੂੰ ਮਿਕਸ। ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਬੀ, ਪਾਵਾਂਗੇ ਆਪਾਂ ਕਰੇਲਿਆਂ ਦੇ। ਹੁਣ ਆਪਾਂ ਇਸਨੂੰ 2 ਤੋਂ 3 ਮਿੰਟ ਵਾਸਤੇ ਇਸ ਦੇ ਵਿੱਚ ਇਸਨੂੰ ਚੰਗੀ ਤਰ੍ਹਾਂ ਭੁੰਨਾਂਗੇ। ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਟਮਾਟਰ, ਟਮਾਟਰ ਆਪਾਂ 2 ਤੋਂ 3 ਲਏ ਆ, ਜੋ ਕਿ ਅਸੀਂ ਕਟਿੰਗ ਕਰ ਲਈ ਸੀਗੀ। ਹੁਣ ਆਪਾਂ ਇਸਨੂੰ ਕਰਾਂਗੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ। ਹੁਣ ਆਪਾਂ ਇਸ ਦੇ ਵਿੱਚ ਮਸਾਲੇ ਐਡ ਕਰਾਂਗੇ। ਲੂਣ ਪਾਵਾਂਗੇ ਪਹਿਲਾਂ ਆਪਾਂ ਟੇਸਟ ਦੇ ਅਨੁਸਾਰ, ਛੋਟਾ 1 ਚਮਚ ਪਾਵਾਂਗੇ ਇਸ ਦੇ ਵਿੱਚ ਹਲਦੀ ਦਾ, ਮਾੜੀ ਜਿਹੀ ਪਾਵਾਂਗੇ ਇਹਦੇ ਵਿੱਚ ਲਾਲ ਮਿਰਚ, ਗਰਮ ਮਸਾਲਾ ਪਾਵਾਂਗੇ 1 ਚਮਚ। ਹੁਣ ਆਪਾਂ ਇਸਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਮਸਾਲਿਆਂ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਇਸ ਦੇ ਵਿੱਚ। ਮਸਾਲਾ ਸਾਡਾ ਜਿਹੜਾ ਹੈ ਬਿਲਕੁਲ ਬਣ ਕੇ ਰੈਡੀ ਹੋ ਗਿਆ ਆ। ਹੁਣ ਲਾਸਟ ਦੇ ਵਿੱਚ ਆਪਾਂ ਇਸ ਦੇ ਵਿੱਚ ਪਾਵਾਂਗੇ ਅੰਬਚੂਰ, ਅੰਬਚੂਰ ਦਾ ਮੈਂ ਛੋਟਾ ਜਿਹਾ ਚਮਚਾ ਲਿਆ ਆ। ਹੁਣ ਇਸਨੂੰ ਆਪਾਂ ਕਰਾਂਗੇ ਮਿਕਸ। ਮਸਾਲਾ ਸਾਡਾ ਬਿਲਕੁਲ ਰੈਡੀ ਹੋ ਗਿਆ ਬਣ ਕੇ। ਹੁਣ ਆਪਾਂ ਗੈਸ ਨੂੰ ਕਰਾਂਗੇ ਜੀ ਬੰਦ। ਹੁਣ ਆਪਾਂ ਇਹਨੂੰ ਠੰਡੇ ਹੋਣ ਤੱਕ ਵੇਟ ਕਰਾਂਗੇ। ਮਸਾਲਾ ਠੰਡਾ ਹੋ ਚੁੱਕਾ ਸੀਗਾ ਅਤੇ ਹੁਣ ਆਪਾਂ ਇਸਨੂੰ ਕਰੇਲਿਆਂ ਦੇ ਵਿੱਚ ਭਰਾਂਗੇ, ਇਸ ਤਰ੍ਹਾਂ ਕਰਕੇ ਚਮਚੇ ਦੇ ਨਾਲ ਲੈ ਕੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਭਰ ਭਰ ਕੇ ਸਾਰਿਆਂ ਨੂੰ ਰੱਖੀ ਜਾਣਾ ਹੈ। ਆਪਾਂ ਕਰੇਲਿਆਂ ਦੇ ਵਿੱਚ ਮਸਾਲਾ ਭਰ ਚੁੱਕੇ ਹਾਂ। ਹੁਣ ਆਪਾਂ ਇਸ ਦੀ ਸੇਫਟੀ ਵਾਸਤੇ ਇਸ ਦੇ ਉੱਪਰ ਥੋੜ੍ਹਾ ਜਿਹਾ ਧਾਗਾ ਇਹਦੇ ਉੱਪਰ ਬੰਨਦੇ ਹਾਂ ਕਿ ਜਿਹੜਾ ਸਾਡਾ ਮਸਾਲਾ ਹੈ ਬਾਹਰ ਨਾ ਨਿਕਲੇ। ਹੁਣ ਆਪਾਂ ਕਰੇਲਿਆਂ ਨੂੰ ਫਰਾਈ ਕਰਾਂਗੇ। ਫਰਾਈ ਪੈਨ ਦੇ ਵਿੱਚ ਆਪਾਂ ਤੇਲ ਪਾ ਲਿਆ ਥੋੜ੍ਹਾ ਜਿਹਾ ਅਤੇ ਹੁਣ ਆਪਾਂ ਇਸ ਨੂੰ ਇੱਕ ਇੱਕ ਕਰਕੇ ਤੇਲ ਦੇ ਵਿੱਚ ਪਾਵਾਂਗੇ। ਨਾਲ ਦੀ ਨਾਲ ਆਪਾਂ ਇਸ ਦੀ ਸਾਈਡਾਂ ਜਿਹੜੀਆਂ ਚੇਂਜ ਕਰੀ ਜਾਵਾਂਗੇ। ਦੇਖੋ ਕਿੰਨੇ ਵਧੀਆ ਆਪਣੇ ਬਣ ਕੇ ਤਿਆਰ ਹੋਏ ਆ। ਹੁਣ ਆਪਾਂ ਦੂਜੀਆਂ ਸਾਈਡਾਂ ਜਿਹੜੀਆਂ ਉਹ ਵੀ ਇਸੇ ਤਰ੍ਹਾਂ ਆਪਾਂ ਬਣਾਵਾਂਗੇ। ਤਾਂ ਜੀ ਸਾਡੇ ਕਰੇਲੇ ਬਣ ਕੇ ਬਿਲਕੁਲ ਤਿਆਰ ਹੋ ਗਏ ਆ। ਹੁਣ ਆਪਾਂ ਇੱਕ ਇੱਕ ਕਰਕੇ ਇਹਨੂੰ ਬਾਹਰ ਕੱਢਾਂਗੇ। ਸਾਡੇ ਭਰਮਾ ਕਰੇਲੇ ਬਣ ਕੇ ਬਿਲਕੁਲ ਤਿਆਰ ਹੋ ਗਏ ਆ। ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਅਤੇ ਹੀਰ ਫੈਮਿਲੀ ਚੈਨਲ ਨੂੰ ਸਬਸਕ੍ਰਾਈਬ ਕਰੋ। ਅਤੇ ਹੁਣ ਅਸੀਂ ਤੁਹਾਨੂੰ ਮਿਲਦੇ ਹਾਂ ਕੋਈ ਨਵੀਂ ਰੈਸਪੀ ਨਾਲ। ਜਦ ਤੱਕ ਲਈ ਆਪ ਜੀ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।